ਜੇ ਤੁਸੀਂ ਗੁਰੂ ਦਾ ਸਿੱਖ ਬਣ ਕੇ ਅਤੇ ਅੰਮ੍ਰਿਤ ਛੱਕ ਕੇ ਕਿਰਪਾਨ ਪਾ ਕੇ ਅਤੇ ਡੇਲੀ ਝੂਠ ਬੋਲਣਾ, ਇਹਦੂ ਚੰਗੇ ਤਾਂ ਗੁਰਦੁਆਰੇ ਜਾਓ ਹੀ ਨਾ। ਪਤਾ ਕਰਨ ਲੱਗੇ ਅਤੇ ਸਾਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ, ਉਹਦੀ ਵੀ ਮਾਫ਼ੀ। ਬਾਦਲ ਸਾਹਿਬ ਨੂੰ ਵੀ ਵਿਚਾਰੇ ਨੂੰ ਸੱਚ ਬੁਲਾ ਦੇਣਾ ਚਾਹੀਦਾ ਸੀ ਜਾਣ ਤੋਂ ਪਹਿਲਾਂ। ਚੰਗਾ ਹੁੰਦਾ ਕਿ ਗੁਨਾਹ ਕਰਕੇ ਵੇਲੇ ਨਾਲ ਹੀ ਕਬੂਲ ਲਏ ਜਾਂਦੇ। ਹਰਸਿਮਰਤ ਕੌਰ ਬਾਦਲ ਜੀ ਕੋਲ ਅੱਜ ਵੀ ਜਿਹੜਾ ਕੈਬਨਿਟ ਦਾ 8 ਕੈਟਾਗਰੀ ਹਾਊਸ ਹੁੰਦਾ ਹੈ ਉਹ ਉਹਨਾਂ ਕੋਲ ਹੈ। CISF ਸਿਕਿਉਰਿਟੀ ਫੋਰਸਿਸ ਜਿਹੜੀਆਂ ਹੈਗੀਆਂ, ਸੈਂਟਰਲ ਸਿਕਿਉਰਿਟੀ ਫੋਰਸਿਸ, ਉਹ ਸੁਖਬੀਰ ਸਿੰਘ ਬਾਦਲ ਜੀ ਕੋਲ ਨੇ ਅੱਜ ਵੀ। ਤੁਸੀਂ ਕਿਰਪਾਨਾਂ ਪਾ ਪਾ ਕੇ ਹੋਰ ਅਪਰਾਧ ਕੀਤੇ ਹੈ, ਕਿਵੇਂ ਮਾਫ਼ੀ ਹੋਏਗੀ ਤੁਹਾਡੀ? ਲੋਕੋ, ਗੱਲ ਇਹ ਹੈ, ਮੈਂ ਉਹਨਾਂ ਦੀ ਮਾਫ਼ੀ ਦਾ ਸਵਾਗਤ ਕਰਦਾ, ਲੇਕਿਨ ਕਈ ਵਾਰੀ ਹੁੰਦਾ ਨਾ ਕਿ ਬੱਚਾ ਹਮੇਸ਼ਾ ਹਰ ਕਦਮ 'ਤੇ ਹਰ ਚੀਜ਼ 'ਤੇ ਲੇਟ ਹੋ ਜਾਂਦਾ ਹੈ। ਕਈ ਸਾਲਾਂ ਬਾਅਦ ਜਦੋਂ ਅਕਾਲੀ ਦਲ, ਕਾਂਗਰਸ ਅਤੇ ਆਮ ਲੋਕ ਅਤੇ ਜਥੇਬੰਦੀਆਂ ਅਤੇ ਸੰਤ ਮਹਾਤਮਾ, ਜਿਹੜਾ ਸੰਤ ਸਮਾਜ ਸੀ, ਉਹ ਕਹਿੰਦਾ ਸੀ ਵੀ ਇਹ ਗੁਨਾਹ ਸੁਖਬੀਰ ਸਿੰਘ ਬਾਦਲ ਨੇ, ਅਕਾਲੀ ਦਲ ਨੇ ਕੀਤਾ, ਔਰ ਬਹੁਤ ਸਾਰੇ ਲੋਕ ਅਕਾਲੀ ਦਲ ਛੱਡ ਵੀ ਗਏ ਸੀ। ਹੁਣ ਕਿਸੇ ਨੇ ਰਾਏ ਦਿੱਤੀ ਵੀ ਪਹਿਲਾਂ ਤੂੰ ਆਪਦੇ ਉਸ ਗੁਨਾਹ ਦੀ ਕਮ ਸੇ ਕਮ ਮਾਫ਼ੀ ਮੰਗ, ਫਿਰ ਅਸੀਂ ਸੋਚ ਸਕਦੇ ਹਾਂ ਕਿ ਤੇਰੇ ਨਾਲ ਖੜ੍ਹੇ ਹੋਣ ਦਾ ਜਾਂ ਨਹੀਂ ਹੋਣ ਦਾ। ਜਿਹੜੀਆਂ ਗੱਲਾਂ ਵਾਰ ਵਾਰ ਇਹ ਗੱਲ ਕਹਿੰਦੇ ਰਹੇ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀ ਕਿ ਬਗਰਾੜੀ ਦੇ ਝੂਠੇ ਦੋਸ਼ ਸਾਡੇ 'ਤੇ ਲਾਏ ਜਾ ਰਹੇ ਨੇ, ਅਸੀਂ ਕੁਝ ਨਹੀਂ ਕੀਤਾ, ਵਾਰ ਵਾਰ ਉਹ ਕਹਿੰਦੇ ਕਿ ਸਾਹਮਣੇ ਆ ਜਾਏਗਾ ਸਭ ਕੁਛ। ਕਈ ਵਾਰੀ ਹਰਸਿਮਰਤ ਜੀ ਨੇ ਕਿਹਾ, ਕਈ ਵਾਰੀ ਉਹਨਾਂ ਨੇ ਕਿਹਾ ਕਿ ਚਲੋ ਆਪਦਾ ਜੰਤਰ ਮੰਤਰ ਤੰਤਰ ਲਾ ਕੇ ਕਈ ਵਾਰੀ ਉਹਨਾਂ ਨੂੰ ਕੋਰਟਾਂ 'ਚੋਂ ਵੀ ਰਿਲੀਫ ਮਿਲ ਗਿਆ। ਔਰ ਤੁਸੀਂ ਦੇਖਿਆ ਉਹਨਾਂ ਨੇ ਚੀਕ ਚੀਕ ਕੇ, ਲੋਕ ਇਹ ਕਹਿ ਰਹੇ ਸੀ ਸਾਨੂੰ ਬਗਰਾੜੀ ਦਾ ਇਨਸਾਫ ਹੋਣਾ ਚਾਹੀਦਾ, ਇਹ ਕਹਿ ਰਹੇ ਸੀ ਇਹ ਗਲਤ ਹੈ, ਅਸੀਂ ਕੁਝ ਕੀਤਾ ਹੀ ਨਹੀਂ ਹੈ, ਇਹ ਸਾਡੇ ਨਾਲ ਰਾਜਨੀਤਿਕ ਪਾਰਟੀਆਂ ਧੱਕਾ ਕਰ ਰਹੀਆਂ ਨੇ, ਇਹ ਕਾਂਗਰਸ ਧੱਕਾ ਕਰ ਰਹੀ ਹੈ ਵਾਰ ਵਾਰ ਸਾਡੇ ਨਾਲ, ਆਮ ਆਦਮੀ ਪਾਰਟੀ ਜਾਂ ਦੂਜੀਆਂ ਪਾਰਟੀਆਂ ਧੱਕਾ ਕਰ ਰਹੀਆਂ। ਕਮ ਸੇ ਕਮ ਕਈ ਸਾਲਾਂ ਬਾਅਦ ਦੋ ਗੁਣਾ ਕਰ ਲੈਣਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ। ਪਹਿਲਾ ਗੁਣਾ ਤਾਂ ਤੁਸੀਂ ਬਹੁਤ ਵੱਡਾ ਅਪਰਾਧ ਕੀਤਾ, ਉਹਦੀ ਮਾਫ਼ੀ ਮੈਂ ਤਾਂ ਦੇ ਨਹੀਂ ਸਕਦਾ, ਨਾ ਕੋਈ ਵਿਅਕਤੀ ਵਿਸ਼ੇਸ਼ ਦੇ ਸਕਦਾ। ਜੋ ਗੁਰੂ ਦੀ ਬੇਅਦਬੀ ਹੈ, ਜਿਹੜਾ ਗੁਰੂ ਸਰਬਉੱਚ ਹੈ ਜਿਹਦੇ ਕਰਕੇ ਅਸੀਂ ਇਸ ਦੁਨੀਆ 'ਤੇ ਤੁਰੇ ਫਿਰਦੇ ਹਾਂ, ਪਹਿਲਾਂ ਤਾਂ ਉਹ ਗੁਣਾ ਕੀਤਾ, ਘੋਰ ਗੁਣਾ। ਗੁਨਾਹਾਂ ਦੀ ਮਾਫ਼ੀ ਹੁੰਦੀ ਹੈ ਕਿਸੇ ਕੋਈ ਗੁਨਾਹ ਦੀ, ਘੋਰ ਗੁਣਾ ਕਰ ਲਿਆ ਤੁਸੀਂ, ਕਿਸ ਤਰ੍ਹਾਂ 200 ਤੋਂ ਵੱਧ ਬੇਅਦਬੀ ਹੋਈ, ਅਤੇ ਫਿਰ ਗੁਰੂ ਦੇ ਸਿੱਖਾਂ ਨਾਲ ਜੋ ਹੋਈ, ਕਤਲੇਆਮ ਹੋਇਆ, ਉਹ ਸਾਰੀ ਦੁਨੀਆ ਜਾਣਦੀ ਹੈ। ਦੂਜਾ ਅਪਰਾਧ ਇਹ ਕੀਤਾ ਤੁਸੀਂ ਕਈ ਸਾਲਾਂ ਤੋਂ ਬਾਅਦ ਲੋਕਾਂ ਨੂੰ ਇਹ ਕਿਹਾ ਵੀ ਹਾਂ ਮੇਰੇ ਤੋਂ ਗੁਨਾਹ ਹੋਇਆ, ਕਈ ਸਾਲਾਂ ਬਾਅਦ ਕਬੂਲਿਆ। ਚੰਗਾ ਹੁੰਦਾ ਕਿ ਗੁਨਾਹ ਕਰਕੇ ਵੇਲੇ ਨਾਲ ਹੀ ਕਬੂਲ ਲਏ ਜਾਂਦੇ। ਇਸੇ ਮੈਂ ਕਹਿੰਦਾ ਹੈ ਕਿ ਸਹੀ ਸਮੇਂ 'ਤੇ, ਸਹੀ ਵਕਤ 'ਤੇ, ਕਿਸ ਸਮੇਂ ਕੀ ਬੋਲਣਾ, ਕਿਸ ਜਗ੍ਹਾ 'ਤੇ ਕੀ ਬੋਲਣਾ, ਇਹਦਾ ਅੰਦਾਜ਼ਾ ਇਹਨਾਂ ਲੋਕਾਂ ਨੂੰ ਹੋਣਾ ਚਾਹੀਦਾ। ਇਵੇਂ ਇਹਨਾਂ ਨੇ ਉਹ ਜਦੋਂ ਕਾਲੇ ਕਾਨੂੰਨ ਹੋਏ ਸੀ, ਖੇਤੀ ਕਾਲੇ ਕਾਨੂੰਨ ਆਏ, ਹਰਸਿਮਰਤ ਕੌਰ ਜੀ ਨੇ ਕੈਬਨਿਟ 'ਚ ਸਾਈਨ ਕਰਤੇ, ਕਰਨ ਤੋਂ ਬਾਅਦ ਇਹ ਲੋਕਾਂ ਨੂੰ ਇੱਥੇ ਤਸੱਲੀ ਕਰਾਉਣ ਲੱਗ ਪਏ ਵੀ ਇਹ ਕਾਨੂੰਨਾਂ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ। ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਵੀ ਆਉਣਾ ਪਿਆ ਬਾਹਰ ਕਿ ਇਹ ਕਾਨੂੰਨ ਤੁਹਾਡੇ ਲਈ ਅੱਛੇ ਹੈ, ਇਹਨਾਂ ਨਾਲ ਕੋਈ ਖਰਾਬੀ ਨਹੀਂ ਹੋਣ ਲੱਗੀ, ਅਸੀਂ ਤੁਹਾਡੇ ਜ਼ਿੰਮੇਦਾਰ ਹੈ। ਕਾਨੂੰਨਾਂ ਦੇ ਉਹ ਪੋਸਟਰ ਲਾ ਦਿੱਤੇ ਗਏ ਪਿੰਡਾਂ ਦੇ ਵਿੱਚ ਵੀ ਇਹਦੇ ਫਾਇਦੇ ਹੋਣਗੇ। ਫਿਰ ਜਦੋਂ ਲੋਕਾਂ ਦਾ ਰੋਹ ਵੇਖਿਆ, ਲੋਕ ਗੇਟ 'ਤੇ ਬੈਠ ਕੇ ਆ ਗਏ, ਅਤੇ ਹਰਸਿਮਰਤ ਕੌਰ ਜੀ ਨੇ ਅਸਤੀਫਾ ਦੇਣਾ ਪਿਆ, ਫਿਰ ਉਹਨਾਂ ਕਾਨੂੰਨਾਂ ਦੇ ਖਿਲਾਫ ਹੋ ਗਏ। ਜਨਤਾ ਸਮਝ ਗਈ ਕਿ ਕਹਾਣੀ ਕੀ ਹੈ,
ਕਿਸੇ ਨੇ ਇਹਨਾਂ ਨੂੰ ਰਾਏ ਦਿੱਤੀ ਕਿ ਅਸਤੀਫਾ ਦੇ ਦਿਓਗੇ ਤਾਂ ਸ਼ਾਇਦ ਲੋਕ ਤੁਹਾਨੂੰ ਇਸ ਗੱਲ ਦੀ ਮਾਫ਼ੀ ਦੇ ਦੇਣ, ਪਰ ਲੋਕਾਂ ਨੇ ਮਾਫ਼ੀ ਦਿੱਤੀ ਨਹੀਂ, ਕਿਉਂਕਿ ਉਹ ਬਹੁਤ ਵੱਡਾ ਅਪਰਾਧ ਸੀਗਾ। ਉਹ ਪੰਜਾਬ ਦੇ ਉਹਨਾਂ ਲੋਕਾਂ ਨਾਲ ਧੋਖਾ ਸੀ ਜਿਨ੍ਹਾਂ ਨੇ ਤੁਹਾਨੂੰ ਸਾਰੀ ਉਮਰ ਗੱਦੀ 'ਤੇ ਬਿਠਾਇਆ, ਅਤੇ ਹੁਣ ਵੀ ਮਾਫ਼ੀ ਜਿਹੜਾ ਜੇ ਵੇਲੇ ਨਾਲ ਉੱਥੇ ਅਸੀਂ ਦਿੰਦੇ ਤਾਂ ਚੰਗੀ ਗੱਲ ਸੀ। ਹੁਣ ਇੱਕ ਵੇਲੇ ਦੀਆਂ ਜਿਹੜੀਆਂ ਨਾ ਉਹ ਟੱਕਰਾਂ ਹੁੰਦੀਆਂ ਜਨਾਬ, ਪਰ ਚਲੋ ਕਮ ਸੇ ਕਮ ਹੁਣ ਸੁਖਬੀਰ ਸਿੰਘ ਬਾਦਲ ਇਹ ਨਹੀਂ ਕਹਿਣਗੇ ਕਿ ਮੇਰੇ ਨਾਲ ਕੋਈ ਸਿਆਸੀ ਬੰਦਾ ਜਾਂ ਕੋਈ ਰਾਜਨੀਤਿਕ ਪਾਰਟੀਆਂ ਸਾਡੇ 'ਤੇ ਗਲਤ ਇਲਜ਼ਾਮ ਲਾ ਰਹੀਆਂ, ਅਤੇ ਉਹਨਾਂ ਨੇ ਆਪਦਾ ਗੁਨਾਹ ਕਈ ਸਾਲਾਂ ਬਾਅਦ ਕਬੂਲ ਲਿਆ। ਪਰ ਇਹਦੇ 'ਚ ਅਵੜਿੰਗ ਸਾਹਿਬ ਇੱਕ ਗੱਲ ਉਹਨਾਂ ਨੇ ਹੋਰ ਕਹੀ, ਉਹ ਕਹਿੰਦੇ ਵੀ ਜਾਣੇ ਜੇਕਰ ਕਿਸੇ ਨੂੰ ਸਾਡੇ ਫੈਸਲਿਆਂ ਕਰਕੇ ਕੋਈ ਨੁਕਸਾਨ ਹੋਇਆ ਹੋਵੇ, ਕਿਉਂਕਿ ਤੁਹਾਡੀ ਸਰਕਾਰ ਦੇ ਸਮੇਂ ਕਮਿਸ਼ਨ ਬਣਾਇਆ ਗਿਆ ਸੀ, ਬਾਕਾਇਦਾ ਤੌਰ 'ਤੇ ਕਈ ਮਾਮਲੇ ਨੇ ਜਿਹੜੇ ਰੱਦ ਕੀਤੇ ਗਏ ਸੀਗੇ ਕਿ ਪੁਰਾਣੀ ਸਰਕਾਰਾਂ ਨੇ ਗਲਤ ਦਿੱਤੇ, ਉਹ ਚੀਜ਼ਾਂ ਲੱਗਦਾ ਵੀ ਉਹਨਾਂ 'ਚ ਵੀ ਲੋਕ ਮਾਫ਼ੀ ਦੇ ਦੇਣਗੇ, ਕਿਉਂਕਿ ਕਈ ਲੋਕਾਂ ਨੂੰ ਤਾਂ ਨਿੱਜੀ ਤੌਰ 'ਤੇ ਦੇਖਿਆ ਵੀ ਨੁਕਸਾਨ ਹੋਇਆ। ਦੇਖੋ ਮੈਂ ਤੁਹਾਨੂੰ ਦੱਸਦਾ ਕਿ ਮਾਫ਼ੀ ਹੁੰਦੀ ਹੈ, ਕਿਸੇ ਨੇ ਕਿਸੇ ਨੂੰ ਕੁਝ ਕਹਿਤਾ, ਕੋਈ ਗਲਤ ਕੰਮ ਕਰ ਲਿਆ, ਕੋਈ ਕਰਪਸ਼ਨ ਕਰ ਲਈ, ਕਿਸੇ ਨੇ ਹੋਰ ਕਰ ਲਿਆ, ਇਹ ਬਹੁਤ ਵੱਡੀ ਗੱਲ ਹੈ। ਇਹ ਤਾਂ ਇਹਦੇ 'ਤੇ ਮੈਂ ਕਿਵੇਂ ਕਹਿ ਸਕਦਾ ਕਿ ਮਾਫ਼ੀ, ਜੋ ਇਹ ਅਪਰਾਧ ਹੈ ਇਹ ਤਾਂ ਉਸ ਗੁਰੂ ਨਾਲ ਹੀ ਬਲਕਿ ਧੋਖਾ ਹੈ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਹੋਇਆ, ਕਿਵੇਂ ਹੋਇਆ। ਉਹਨਾਂ ਨੇ ਆਪ ਕਿਹਾ ਵੀ ਬਾਦਲ ਸਾਹਿਬ ਚਾਹੁੰਦੇ ਸੀ ਮਰਨ ਤੋਂ ਪਹਿਲਾਂ ਵੀ ਮੇਰੇ ਨਾਲ ਕਈ ਵਾਰੀ ਗੱਲ ਕੀਤੀ ਉਹਨਾਂ ਨੇ। ਇਹਦਾ ਮਤਲਬ ਬਾਦਲ ਸਾਹਿਬ ਨੂੰ ਵੀ ਵਿਚਾਰੇ ਨੂੰ ਸੱਚ ਬੁਲਾ ਦੇਣਾ ਚਾਹੀਦਾ ਸੀ ਜਾਣ ਤੋਂ ਪਹਿਲਾਂ। ਕਿੱਡੀ ਵੱਡੀ ਗੱਲ ਹੈ, ਤੁਹਾਨੂੰ 6 ਵਾਰ ਪੰਜਾਬ ਦਾ ਮੁੱਖ ਮੰਤਰੀ ਬਣਾਇਆ, ਇਸ ਸਿੱਖੀ ਦੇ ਨਾਂ 'ਤੇ ਬਣੇ, ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ 'ਤੇ ਬਣੇ, ਇਸ ਗੁਰੂ ਦੇ ਨਾਂ 'ਤੇ ਬਣੇ, ਔਰ ਉਸੇ ਗੁਰੂ ਨਾਲ ਐਡਾ ਵੱਡਾ ਅਪਰਾਧ। ਹਜੇ ਕਈਆਂ ਦੇ ਮਨ 'ਚ ਸ਼ੰਕਾ ਸੀਗੀ ਜਿਹੜੇ ਲੋਕ ਇਹਨਾਂ ਨਾਲ ਜੁੜੇ ਹੋਏ ਸਨ, ਉਹਨਾਂ ਨੂੰ ਕਿਉਂਕਿ ਕਈ ਸਾਲਾਂ ਦੇ ਜੁੜੇ ਹੈ, ਉਹਨਾਂ ਨੂੰ ਲੱਗਦਾ ਕਿ ਇਹ ਪਰਿਵਾਰ ਜਿਹੜਾ ਨੰਗੇ ਪੈਰੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ ਹੈ, ਬੂਟ ਪੋਲਿਸ਼ ਕਰਦਾ ਹੈ, ਇਹ ਕਿੱਦਾਂ ਅਪਰਾਧ ਕਰ ਸਕਦਾ, ਇਹ ਕਿੱਚੜ ਜਿਹੜੇ ਓਪੋਜੀਸ਼ਨ ਪਾਰਟੀ ਵਾਲੇ ਸਿੱਟ ਰਹੇ ਹੈ। ਪਰ ਅੱਜ ਉਹਨਾਂ ਨੂੰ ਵੀ ਇਹ ਜੱਜ ਗਏ, ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ। ਉਹਨਾਂ ਨੂੰ ਵੀ ਇਹ ਲੱਗ ਗਿਆ ਕਿ ਅਪਰਾਧ ਤਾਂ ਕੀਤਾ ਸੀ, ਇਹਦਾ ਮਤਲਬ, ਇਹਦਾ ਮਤਲਬ ਇੰਨੇ ਸਾਲ ਸਟੇਜਾਂ 'ਤੇ ਚੜ੍ਹ ਕੇ ਸੁਖਬੀਰ ਸਿੰਘ ਬਾਦਲ ਸਾਹਿਬ ਝੂਠ ਬੋਲਦੇ ਰਹੇ ਅਕਾਲੀ ਦਲ ਦੇ, ਅੱਜ ਨਾਲ ਵਾਲਾ ਸਾਥੀ ਸੋਚੇਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਕਿ ਅਪਰਾਧ ਤਾਂ ਕੀਤਾ ਸੀ, ਅਤੇ ਜੇ ਅਪਰਾਧ ਇਹ ਕਰਕੇ ਗੁਰੂ ਨਾਲ ਅਪਰਾਧ ਹੋ ਸਕਦਾ ਤਾਂ ਸਾਡੇ ਨਾਲ ਕੀ ਹੋਏਗਾ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਸ ਕਰਨਾ। ਚਲੋ ਜੀ, ਅਲਾਇੰਸ ਤਾਂ ਇਹਨਾਂ ਦਾ ਆਲਰੇਡੀ ਹੈਗਾ। ਮੈਂ ਤਾਂ ਪਹਿਲਾਂ ਕਿਹਾ ਹਰਸਿਮਰਤ ਕੌਰ ਬਾਦਲ ਜੀ ਕੋਲ ਅੱਜ ਵੀ ਜਿਹੜਾ ਕੈਬਨਿਟ ਦਾ 8 ਕੈਟਾਗਰੀ ਹਾਊਸ ਹੁੰਦਾ ਹੈ ਉਹ ਉਹਨਾਂ ਕੋਲ ਹੈ। CISF ਸਿਕਿਉਰਿਟੀ ਫੋਰਸਿਸ ਜਿਹੜੀਆਂ ਹੈਗੀਆਂ, ਸੈਂਟਰਲ ਸਿਕਿਉਰਿਟੀ ਫੋਰਸਿਸ, ਉਹ ਸੁਖਬੀਰ ਸਿੰਘ ਬਾਦਲ ਜੀ ਕੋਲ ਨੇ ਅੱਜ ਵੀ ਨਹੀਂ। ਸੋ ਮੇਰੇ ਕਹਿਣ ਦਾ ਮਤਲਬ ਅਲਾਇੰਸ ਆਲਰੇਡੀ ਹੈਗਾ, ਉਦੋਂ ਵੀ ਇਹ ਟੁੱਟਿਆ ਸੀਗਾ, ਮਜਬੂਰਨ ਲੋਕਾਂ ਨੇ ਤੜਾਇਆ ਸੀਗਾ, ਲੋਕ ਆ ਕੇ ਘਰ ਦੇ ਬਾਹਰ ਬਹਿ ਗਏ। ਅਲਾਇੰਸ ਤਾਂ ਆਲਰੇਡੀ ਹੈਗਾ, ਕਿਸ ਤਰ੍ਹਾਂ ਨਰਿੰਦਰ ਮੋਦੀ ਜੀ ਨੇ ਕਿਹਾ, ਰਾਜਨਾਥ ਸਿੰਘ ਜੀ ਨੇ ਬਾਦਲ ਸਾਹਿਬ ਦੇ ਭੋਗ 'ਤੇ ਕਿਹਾ। ਸੋ ਮੇਰੇ ਕਹਿਣ ਦਾ ਮਤਲਬ ਅਲਾਇੰਸ ਇਜ਼ ਆਲਰੇਡੀ ਦੇਅਰ, ਉਹ ਇਹਨਾਂ ਨੇ ਦੇਖਣਾ ਹੈ। ਉਹ ਇਹ ਸੋਚ ਰਹੇ ਹੋਣਗੇ ਵੀ ਮਰਜ ਕਰਕੇ ਸਾਨੂੰ ਕੀ ਫਾਇਦਾ ਹੈ ਅਤੇ ਅੱਡ ਅੱਡ ਲੜਨ 'ਚ ਕੀ ਫਾਇਦਾ। ਤੁਸੀਂ ਦੇਖੋ ਰਾਸ਼ਟਰਪਤੀ ਦੀ ਵੋਟ ਉਹਨਾਂ ਨੇ ਪਾਈ ਇਹਨਾਂ 'ਤੇ, ਸਿਟੀਜ਼ਨ ਬਿੱਲ 'ਤੇ ਉਹਨਾਂ ਨੇ ਵੋਟ ਪਾਈ, ਹਰ ਚੀਜ਼ 'ਤੇ ਹਮੇਸ਼ਾ ਜਦੋਂ ਵੀ ਗੱਲ ਆਈ ਹੈ ਸੈਂਟਰ ਦੀ, ਉਹ ਜਿਹੜਾ ਆਰਡੀਨੈਂਸ ਦੀ ਗੱਲ ਆਈ ਸੀ ਉਹਦੇ 'ਤੇ ਵੋਟ ਪਾਈ। ਆਈਦਰ ਦੇ ਆਰ ਨੋਟ ਪਾਰਟ ਆਫ ਦਾ BJP ਨਾ ਹੋ, ਪਰ ਉਹ ਹਮੇਸ਼ਾ ਉਹਨਾਂ ਨਾਲ ਖੜ੍ਹੇ ਨਜ਼ਰ ਆਏ। ਇੰਟਰਨਲ ਤਾਂ ਸਮਝੌਤਾ ਹੈਗਾ ਹੀ ਹੈਗਾ, ਇਹ ਦੇਖੋ ਕਿੱਦਾਂ ਬੇਵਕੂਫ ਬਣਾਉਂਦੇ। ਪਿੱਛੇ ਜੇ ਤੁਸੀਂ
ਸੁਖਬੀਰ ਸਿੰਘ ਬਾਦਲ ਦਾ ਸੁਣਿਆ ਹੋਣਾ ਕਿ ਮੈਂ ਬਣਾਉਣਾ ਛੋਟਾ ਭਰਾ ਇਹਨਾਂ ਨੂੰ, ਆਉਣ ਦਿਓ ਬੀਜੇਪੀ ਵਾਲੇ ਨੂੰ। ਸੋ ਕਿੱਦਾਂ ਇਹ ਲੋਕ ਆਪਦੀ ਗੱਲ ਤੋਂ ਫਿਰ ਜਾਂਦੇ ਨੇ, ਇਸੇ ਕਰਕੇ ਉਸ ਮਾਫੀ ਦਾ ਕੋਈ ਲੋਕਾਂ ਨੇ ਯਕੀਨ ਨਹੀਂ ਕਰਨਾ ਕਿ ਇਹ ਤਾਂ ਰੋਜ਼ ਝੂਠ ਬੋਲਦੇ ਨੇ। ਤੁਸੀਂ ਅੰਮ੍ਰਿਤ ਛੱਕ ਕੇ ਝੂਠ ਜਦੋਂ ਬੋਲਣਾ, ਉਹ ਘੋਰ ਅਪਰਾਧ ਹੈ। ਜੇ ਤੁਸੀਂ ਗੁਰੂ ਦਾ ਸਿੱਖ ਬਣ ਕੇ ਅਤੇ ਅੰਮ੍ਰਿਤ ਛੱਕ ਕੇ ਕਿਰਪਾਨ ਪਾ ਕੇ ਅਤੇ ਡੇਲੀ ਝੂਠ ਬੋਲਣਾ, ਇਹਦੂ ਚੰਗਾ ਤਾਂ ਗੁਰਦੁਆਰੇ ਜਾਓ ਹੀ ਨਾ। ਤੁਹਾਨੂੰ ਕਿਹਨੇ ਕਿਹਾ ਵੀ ਅੰਮ੍ਰਿਤ ਛਕੋ ਭਾਈ? ਅੰਮ੍ਰਿਤ ਛਕਣਾ ਕੀ ਮਤਲਬ? ਤੁਸੀਂ ਉਸ ਗੁਰੂ ਦੇ ਹੁਣ ਸੱਚੇ ਅਤੇ ਸੇਵਕ ਅਤੇ ਸਿਪਾਹੀ ਹੋ, ਤੁਸੀਂ ਕਿਰਪਾਨਾਂ ਪਾ ਪਾ ਕੇ ਘੋਰ ਅਪਰਾਧ ਕੀਤੇ ਹੈ, ਕਿਵੇਂ ਮਾਫੀ ਹੋਏਗੀ ਤੁਹਾਡੀ? ਪਰ ਹਾਂ, ਇਹ ਜ਼ਰੂਰ ਮੰਨ ਲਿਆ ਕਿ ਮੈਂ ਅਪਰਾਧੀ ਹਾਂ, ਮੈਂ ਗੁਨਾਹ ਕੀਤਾ ਸੀ। ਜਿਹੜੇ ਲੋਕਾਂ ਨੂੰ ਸ਼ੱਕ ਸੁਭਾਅ ਸੀ ਕਿ ਐਵੇਂ ਇਲਜ਼ਾਮ ਲਾਉਂਦੇ, ਅੱਜ ਉਹ ਯਕੀਨ 'ਚ ਬਦਲ ਗਿਆ।